ਇਹਨਾਂ ਵੋਟਾਂ ਤੋਂ ਵੋਟ ਪਾ ਕੇ ਆਉਣ ਡਿਆ ਸੀ, ਮਾੜਾ ਮੋਟਾ ਇਹਨਾਂ ਕੋਈ ਹੋਇਆ ਝਗੜਾ, ਕਿਹਨੂੰ ਪਾਉਣੀ ਵੋਟ, ਉਹ ਤਾਂ ਮੇਰੀ ਮਰਜ਼ੀ ਜਿੱਥੇ ਮਰਜ਼ੀ ਪਾਵਾਂ। ਕੋਈ ਮਸਲਾ ਨਹੀਂ ਹੈਗਾ, ਇਹ ਕੋਈ ਪਰਸਨਲ ਰੰਜਿਸ਼ ਕਰਕੇ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀਗੀ, ਜਿਨ੍ਹਾਂ ਦੇ ਕਰਕੇ ਇਹਨਾਂ ਦੀ ਸਾਡਾ ਨੂੰ ਲੜਾਈ ਝਗੜਾ ਹੋਇਆ। ਲੋਕ ਸਭਾ ਹਲਕਾ ਖਡੂ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸੜਲੀ ਕਲਾਂ ਵਿਖੇ ਵੋਟ ਪਾਉਣ ਜਾ ਰਹੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੰਟੀ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਪਿੰਡ ਦੇ ਕੁਝ ਨੌਜਵਾਨਾਂ ਨੇ ਦਾਤਰ ਨਾਲ ਹਮਲਾ ਕਰਕੇ ਬੰਟੀ ਸਿੰਘ ਦਾ ਕਤਲ ਕਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵੋਟਾਂ ਤੋਂ ਲੜੇ ਆ, ਮਤਲਬ ਵੋਟਾਂ ਦਾ ਮਤਲਬ ਕਿਹਨੂੰ ਪਾਉਣੀ, ਉਹਨੇ ਕਹਿੰਦਾ ਜਿਹਨੂੰ ਮਰਜ਼ੀ ਪਾਦਾ ਮੈਂ, ਸਾਨੂੰ ਕੀ ਇਸੇ ਕੋਲੋਂ ਲੜਦੇ ਆ, ਅਤੇ ਮੁੜ ਕੇ ਦਾਤਰ ਮਾਰਿਆ ਵਾ, ਇੱਕ ਨੇ ਹਾਕੀਆਂ ਮਾਰੀਆਂ, ਇੱਕ ਨੇ ਦਾਤਰ ਮਾਰਿਆ, ਦੋ ਭਰਾ ਨੇ ਮਾਰਿਆ ਵਾ, ਉਹ ਇੱਕ ਸੌਖਾ ਇੱਕ ਗੋਰਾ ਸਰਲੀ ਕਲਾਂ। ਮੰਗ ਸਾਰਾ ਇਹੋ ਹੀ ਆ ਵੀ ਜਿੱਦਾਂ ਉਹਨਾਂ ਇਹ ਵੱਡੇ ਗਾ ਸਾਡਾ ਮੁੰਡਾ, ਉਹਨਾਂ ਦੀ ਵੀ ਮੌਤ ਹੋਣੀ ਚਾਹੀਦੀ ਆ, ਅਤੇ ਉਹ ਮੰਗ ਸਾਡੀ ਬਰਾਬਰ ਹੋਵੇ ਤਾਂ ਫੇਰ ਹੀ ਆ। ਮਾਰਨ ਵਾਲੇ ਦਾ ਬੰਟੀ ਸਰ। ਮੌਕੇ ਤੇ ਇੱਕ ਘੰਟਾ ਲੇਟ ਪੁੱਜੀ ਸਥਾਨਕ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਬੰਟੀ ਸਿੰਘ ਦਾ ਕਤਲ ਕਿਉਂ ਕੀਤਾ ਗਿਆ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਹਾਂ ਪੇ ਕੋਈ ਰਾਜਨੀਤਿਕ ਵੋਟ ਡਾਲਨੇ ਕੇ ਬਾਅਦ ਵਿਅਕਤੀ ਬਾਹਰ ਉਸਕੀ ਹੋਈ, ਇਹ ਕੈਸੀ ਪੜਤਾਲ? ਹੁਣੇ ਉੱਥੇ ਹੀ ਵਾਪਸ ਆਏ, ਅਸੀਂ ਸਾਰਾ ਚੈੱਕ ਕੀਤਾ ਹੈਗਾ, ਅਸੀਂ ਉੱਥੇ ਦੇ ਪਿੰਡ ਵਾਲਿਆਂ ਨਾਲ ਅਸੀਂ ਗੱਲ ਕਰਕੇ ਆਏ, ਅਤੇ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ, ਇਹ ਕੋਈ ਪਰਸਨਲ ਰੰਜਿਸ਼ ਕਰਕੇ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀਗੀ, ਜਿਨ੍ਹਾਂ ਦੇ ਕਰਕੇ ਇਹਨਾਂ ਦੀ ਸਡਨ ਪ੍ਰੋਵੋਕੇਸ਼ਨ ਕਰਕੇ ਲੜਾਈ ਝਗੜਾ ਹੋਇਆ। ਉਸ ਤੋਂ ਬਾਅਦ ਵੀ ਅਸੀਂ ਹੋਰ ਵੀ ਕਿਸੇ ਚੀਜ਼ ਦਾ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਸੀਗੇ, ਤਾਂ ਅਸੀਂ ਜਿਹੜਾ ਪਿੰਡ ਵਾਲਿਆਂ ਦੇ ਨਾਲ ਅਤੇ ਦੋਨਾਂ ਪਾਰਟੀਆਂ ਦੇ ਨਾਲ ਜਿਹੜੀ ਵੀ ਮੌਤਬਾਰ ਬੰਦੇ ਸਾਰਿਆਂ ਨਾਲ ਅਸੀਂ ਗੱਲ ਕਰਕੇ ਆਏ, ਅਤੇ ਇਹੀ ਚੀਜ਼ ਵੈਰੀਫਾਈ ਹੋਈ ਹੈ ਕਿ ਇਹਨਾਂ ਦਾ ਜਿਹੜਾ ਵੀ ਕੋਈ ਕਾਰਨ ਸੀਗਾ ਉਹ ਪਰਸਨਲ ਰੰਜਿਸ਼ ਸੀਗੀ, ਦੇਰ ਇਜ਼ ਨੋਟ ਰਿਲੇਟਡ ਟੂ ਐਨੀ ਪੋਲਿੰਗ ਇਸ਼ੂ। ਸਰ, ਜੋ ਪਰਿਵਾਰ ਦੱਸਿਆ ਉਹਨਾਂ ਨੇ ਕਿਹਾ, ਕੋਈ ਬਿਆਨ ਕਿਆ ਦੀਆ ਉਹਨਾਂ ਨੇ? ਨਹੀਂ, ਹਜੇ ਤਾਂ ਬਿਕੋਜ਼ ਉਹਨਾਂ ਦਾ ਅਸੀਂ ਉਹ ਜਿਹੜੀ ਡੈਡ ਬੋਡੀ ਹੋਸਪਿਟਲ ਭਿਜਵਾਈ ਹੈ, ਬਟ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਪੋਲਸ ਦੇ ਰਿਲੇਟਡ ਕੋਈ ਚੀਜ਼ ਹੈ, ਬਾਕੀ ਅਸੀਂ ਬੰਦੇ ਸਾਰੇ ਆਈਡੈਂਟੀਫਾਈਡ ਹੈਗੇ ਹਾਂ, ਔਰ ਕੀ ਨਾਮ ਹੈ, ਅਸੀਂ ਜਲਦੀ ਉਹਨਾਂ ਨੂੰ ਦੱਸ। ਪਰਿਵਾਰ ਦੇ ਦੱਸ ਰਿਹਾ ਕਹਿਣਾ ਕਿ ਪਹਿਲੇ ਕਾਂਗਰਸ ਦੇ ਬੂਥ ਦੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਹੈ, ਈਵਨ ਪੋਲਿੰਗ ਉੱਥੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 500 ਮੀਟਰ ਦੂਰ ਹੈਗੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਸਾਰੇ ਪਿੰਡ ਵਾਲਿਆਂ ਨਾਲ ਮੈਂ ਗੱਲ ਕਰਕੇ ਆਇਆ, ਡੈਫੀਨੇਟਲੀ ਅਸੀਂ ਦੋਨਾਂ ਦੇ ਨਾਲ ਗੱਲ ਕਰਕੇ, ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ। ਤਰਨਤਾਰਨ ਤੋਂ ਹਰਜਿੰਦਰ ਗੱਬਰ, ਹਨੀ ਮਹਿਰਾ ਅਤੇ ਕਵਲਜੀਤ ਸਿੰਘ, ਜੀਰੇ, ਪੰਜਾਬ ਟੀਵੀ।